ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ ਅਤੇ ਸਾਡੀ ਜੀ ਹੈ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜ੍ਹੀ ਜੀ। ਪੇਰੈਂਟਸ ਉਹਨਾਂ 'ਤੇ ਮੈਂ ਕਹਿੰਦੀ ਹਾਂ ਲੱਖ ਦੀਆਂ ਲਾਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ, ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ, ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ ਪਾ ਦੇ ਛੇਤੀ ਪਾ ਦੇ ਛੇਤੀ, ਹੈ ਨਾ, ਅਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ 'ਤੇ ਲਾਉਂਦੇ ਆ, ਤਰ੍ਹਾਂ ਤਰ੍ਹਾਂ ਦੇ ਉਹ, ਮੈਂ ਕਹਿੰਦੀ ਪਤਾ ਨਹੀਂ ਕਿੱਥੇ ਕਿੱਥੋਂ, ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ, ਬਹੁਤ ਕੇਸ ਆ ਰਿਹਾ ਕਿਸਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹੈ ਨਾ। ਅਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ, ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ, ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਇੱਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਅਤੇ ਬਾਅਦ 'ਚ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਹੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ। ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੇ ਜਾਂ ਵਟ ਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹੈ ਨਾ। ਅਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ, ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ, ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਇੱਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਅਤੇ ਬਾਅਦ 'ਚ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਹੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ, ਹੈ ਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ, ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ, ਮੈਂ ਕਹਿੰਦੀ ਹਾਂ ਓਨੇ ਘੱਟ, ਜਿੰਨੀਆਂ ਜੁੱਤੀਆਂ ਪਹਿਣ ਤੁਹਾਡੇ ਸਿਰ ਦੇ ਵਿੱਚ ਨਾ, ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ, ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਅਤੇ ਦੂਜੀ ਗੱਲ ਪੇਰੈਂਟਸ ਉਹਨਾਂ 'ਤੇ ਮੈਂ ਕਹਿੰਦੀ ਹਾਂ ਲੱਖ ਦੀਆਂ ਲਾਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ, ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ, ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ ਪਾ ਦੇ ਛੇਤੀ, ਹੈ ਨਾ। ਅਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇੱਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ, ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ 'ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ ਅਤੇ ਸਾਡੀ ਜੀ ਹੈ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜ੍ਹੀ ਜੀ, ਹੈ ਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹੈ ਨਾ, ਕੁਛ ਨਹੀਂ ਹੋਇਆ। ਬਹੁਤ ਗੱਲਾਂ ਹੋ ਰਹੀਆਂ ਨੇ ਇਹ। ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ 'ਤੇ ਲਾਉਂਦੇ ਆ, ਤਰ੍ਹਾਂ ਤਰ੍ਹਾਂ ਦੇ ਉਹ, ਮੈਂ ਕਹਿੰਦੀ ਪਤਾ ਨਹੀਂ ਕਿੱਥੇ ਕਿੱਥੋਂ, ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ, ਬਹੁਤ ਕੇਸ ਆ ਰਿਹਾ ਕਿਸਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜ੍ਹਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ, ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇੱਦਾਂ, ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ, ਤੁਹਾਡੇ ਦਿਲ 'ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇੱਦਾਂ ਹੋ ਜਾਵੇ, ਹੈ ਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ, ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ, ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇੱਦਾਂ ਦੀ ਘਟਨਾ ਹੋਈ ਆ ਜਾਂ ਕੋਈ ਇੱਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ, ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟੋਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।